ਕੁਛ ਗਰੰਟੀਆਂ ਅਤੇ ਵਾਅਦੇ ਅਸੀਂ ਇਹੋ ਜਿਹੇ ਸੀਗੇ ਜਿਹੜੇ ਕੀਤੇ ਵੀ ਨਹੀਂ ਸੀ। ਅਸੀਂ ਫਿਰ ਵੀ ਕਹਿ ਰਹੇ ਹਾਂ ਕਿ ਜੇ ਮੌਕਾ ਹੈਗਾ, ਜੇ ਲੋਕਾਂ ਨੇ ਮੌਕਾ ਦਿੱਤਾ ਕਿ ਭਾਈ ਤੁਸੀਂ ਪੰਜਾਬ ਨੂੰ ਸੁਧਾਰ ਦਿਓ, ਤਾਂ ਫਿਰ ਇਹ ਵੀ ਕਰੋ। ਤਾਂ ਸਰ ਤੁਸੀਂ ਆਪ ਪੜ੍ਹਿਆ ਸੁਣਿਆ ਹੋਣਾ, ਮੀਡੀਆ ਬੈਠਾ ਸਾਰਾ, ਅਸੀਂ ਹੁਣ ਤੱਕ 5 ਟੋਲ ਪਲਾਜ਼ੇ ਬੰਦ ਕਰ ਚੁੱਕੇ ਹਾਂ ਸਰ। ਇਹ ਅਸੀਂ ਲਿਖਿਆ ਨਹੀਂ ਸੀ ਕਿਤੇ। ਅਤੇ ਉਹ ਟੋਲ ਪਲਾਜ਼ੇ ਜਿਹੜੇ ਪਹਿਲਾਂ ਬੰਦ ਹੋ ਸਕਦੇ ਸੀ, ਜਿਨ੍ਹਾਂ ਨੇ ਬ੍ਰੀਚ ਕੀਤੇ ਐਗਰੀਮੈਂਟ, ਪਰ ਐਕਸਟੈਂਸ਼ਨ ਮਿਲਦੀ ਰਹੀ। ਲੈ ਲਾ ਵੀ 533 ਦਿਨ ਹੋਰ, ਚੱਲ ਵੀ ਤੇਰੇ 416 ਦਿਨ ਹੋਰ। ਕਿਸੇ ਨੇ ਪੁੱਛਿਆ ਕਿਸੇ ਨੇ ਜੀ ਕਿ ਆਪਾਂ ਟੋਲ ਤੋਂ ਰੋਜ਼ ਲੰਘਦੇ ਹਾਂ, ਆਪਾਂ ਕਦੇ ਟੋਲ ਖੜਾ ਕੇ ਟੋਲ 'ਤੇ ਆਪਾਂ ਪੁੱਛਦੇ ਹਾਂ ਭਾਅ ਜੀ ਕਿੰਨਾ ਕੁ ਚਿਰ ਹੈ ਤੁਹਾਡਾ ਇਹ? ਨਾ ਜੀ। ਔਰ ਕਿਸੇ ਵੀ ਟੋਲ ਪਲਾਜ਼ੇ 'ਤੇ ਤੁਸੀਂ ਜਾਓਗੇ, ਇੱਕ ਗੱਲ ਨੋਟ ਕਰਨ ਵਾਲੀ ਹੈ, ਉਹਦੇ ਜਿਹੜੇ ਰੇਟ ਲਿਖੇ ਹੋਏ ਨੇ, ਥੋੜ੍ਹੇ ਜਿਹੇ 20 ਕੁ ਮੀਟਰ ਪਹਿਲਾਂ ਵੱਡਾ ਸਾਰਾ ਬੋਰਡ ਜਿਹਾ ਲੱਗਿਆ ਹੁੰਦਾ ਕਿਹੜੇ ਵਾਹਨ ਦੇ ਕਿੰਨੇ ਪੈਸੇ ਨੇ। ਪੰਜਾਬ ਦੇ ਸਾਰੇ ਟੋਲ ਪਲਾਜ਼ਿਆਂ 'ਤੇ ਚਲੇ ਜਾਓ, ਜਿੱਥੇ ਵੀ ਰੇਟ ਲਿਖੇ ਹੋਏ ਨੇ ਉਹ ਓਰੀਜਿਨਲ ਸਿਆਹੀ 'ਚ ਨਹੀਂ ਲਿਖੇ ਹੋਏ ਸਰ, ਬਾਅਦ 'ਚ ਪਰਚੀਆਂ ਲਾਈਆਂ ਹੋਈਆਂ ਨੇ। ਰੇਟ ਘਟਾਉਣ ਵਾਸਤੇ ਤਾਂ ਨਹੀਂ ਪਰਚੀ ਲੱਗ ਸਕਦੀ ਸਰ, ਜੇ 45 ਸੀ ਤਾਂ 55 ਕੀਤਾ, ਉੱਥੇ 5-2 ਕੀਤੇ ਹੋਏ ਨੇ, ਐਂ ਲੇਟ ਐਂ ਲਾਏ ਹੋਏ ਨੇ, ਰੇਟ ਬਾਅਦ 'ਚ ਵਧਾਏ ਨੇ। ਤਾਂ ਅਸੀਂ ਫਿਰ ਐਗਰੀਮੈਂਟ ਕੱਢੇ ਉਹਨਾਂ ਦੇ ਕਿ ਤੁਹਾਡੇ ਤਾਂ ਐਗਰੀਮੈਂਟ ਖਤਮ ਹੋ ਗਏ। ਸੋ ਉਹ ਅਸੀਂ ਪੰਜਾਬ ਲਈ ਆਪਣੀ ਜ਼ਿੰਮੇਵਾਰੀ ਨਿਭਾਈ ਹੈ, ਕੋਈ ਸਾਨ ਨਹੀਂ ਕੀਤਾ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਅੱਜ ਪ੍ਰਕਾਸ਼ ਟੀਵੀ, ਔਰ ਬੈਲ ਆਇਕਨ ਦਬਾਨਾ ਨਾ ਭੁਲੇਂ।